बेहिम्मते ने जेड़े बह के शिकवा करन मुकद्दरां दा उगण वाले उग पैंदे सीना पाड़ के पत्थरां दा। ए मशहूर शायर दे बोल इस वेले गड्डी च खड़ी इस श्रेया सिंगला नां दी कुड़ी ते बिल्कुल सही ढुकदे नजर आ रहे ने। हाल ही दे विच ब्राज़ील विखे विश्व पद्धरी बैडमिंटन चैंपियनशिप दे विच श्रेया ने मल्ला मारियां ने। दस दईए कि श्रेया सिंगला ने जित दे झंडे गढ़ के सोने दा तगमा जित्या है। मैदान नूं फतेह करके अपने शहर बठिंडा विखे परतण ते शहर वासियां वल्लों श्रेया दा निघा स्वागत कीता जा रहा। तस्वीरां तुसीं देख सकदे हो कि श्रेया दा पिंड वासियां ते शहर वासियां वल्लों सम्मानित भी किया गया है। आओ हुण सुनदे हां श्रेया दा की कहना है। मेरा नाम श्रेया चिल्ला है, मैं बैडमिंटन खेल रही हूं। मेरा टूर्नामेंट सी वर्ल्ड बैडमिंटन चैंपियनशिप ब्राजील, कोच में गोल्ड एक सिल्वर दो ब्रॉन्ज मेडल जीते। कितनी खुशी हो रही है? बहुत खुशी हुई है। इसको पहला भी किस तरह के मेडल जीते थे? हां जी, डेफ ओलंपिक में गोल्ड मेडल, टीम इवेंट गोल्ड मेडल जीती थी। तो उस पिछली बार भी वर्ल्ड जूनियर खेली थी बैडमिंटन चैंपियनशिप, ਉਹ ਤਾਈਵਾਨ ਵਿੱਚ ਸੀ। ਉਹ ਚੀਵਰ ਮੈਡਲ ਡਬਲਸ ਲੈ ਕੇ ਪ੍ਰਧਾਨ ਮੰਤਰੀ ਵੱਲੋਂ ਉਹਨੂੰ ਸਨਮਾਨਿਤ ਕੀਤਾ ਗਿਆ ਸੀ ਇਸ ਵਾਰ। ਹਾਂਜੀ ਹਾਂਜੀ, ਕਿੰਨੀ ਖੁਸ਼ੀ ਹੋਈ ਉਸ ਟਾਈਮ? ਬਹੁਤ ਖੁਸ਼ੀ ਹੋਈ, ਵਿਸ਼ਵਾਸ ਨਹੀਂ ਹੋਇਆ ਕਿ ਮੈਂ ਜਦੋਂ ਸਾਹਮਣੇ ਆਈ ਸੀ ਪੀਐਮ ਮੋਦੀ ਨੇ ਜਵਾਬ, ਵਿਸ਼ਵਾਸ ਨਹੀਂ ਹੋਇਆ ਕਿ ਮੇਰੇ ਸਾਹਮਣੇ ਖੜੇ ਸੀ। ਬਹੁਤ ਖੁਸ਼ੀ ਹੋਈ। ਕਲੈਪਿੰਗ ਜੀ। ਕਿਹਨੇ ਕਿਹਨੇ ਸਪੋਰਟ ਕੀਤਾ ਮੇਰੇ? ਸਭ ਤੋਂ ਪਹਿਲਾਂ ਤਾਂ ਫੈਮਿਲੀ ਨੇ ਕੀਤਾ, ਮੰਮਾ ਪਾਪਾ ਨੇ, ਮੇਰੇ ਭਰਾ ਨੇ, ਮੇਰੇ ਸਾਰੇ ਫਰੈਂਡ, ਸਾਰੀ ਫੈਮਿਲੀ, ਸਭ ਨੇ ਸਪੋਰਟ ਕੀਤਾ। ਖੋਜੀ ਸਾਰੇ ਨੇ। ਅੱਗੇ ਫਿਰ ਕਿੱਥੋਂ ਅੱਗੇ ਜਾਣ ਦੀ ਉਮੀਦ? ਅੱਗੇ ਕਿੱਥੋਂ ਅੱਗੇ ਕੀ ਕਰਨਾ ਤੁਸੀਂ? ਅੱਗੇ ਹੋਰ ਟੂਰਨਾਮੈਂਟ ਆਉਂਗੇ, ਉਹ ਚ ਤਰੱਕੀ ਕਰਕੇ ਹੋਰ ਮੈਡਲ ਲੈ ਕੇ ਆਉਂਗੀ, ਗੋਲਡ ਮੈਡਲ ਤੇ ਪ੍ਰਾਈਜ਼ ਚ ਵੀ ਅੱਗੇ ਫਸਟ ਨੰਬਰ। ਸੁਪਨਾ ਕੀ ਹੈ ਬੇਟਾ? ਬਹੁਤ ਵੱਡਾ ਸੁਪਨਾ, ਕਿਸ ਤਰ੍ਹਾਂ ਦਾ ਬੇਟਾ? ਹਾਂਜੀ, ਸੁਪਨਾ ਕੀ ਹੈ ਤੁਹਾਡਾ ਅੱਗੇ? ਸੁਪਨਾ ਤਾਂ ਬਸ ਜਿਹੜੇ ਆਉਂਦੇ ਰਹਿਣਗੇ, ਜਿਹੜੇ ਚੈਲੰਜ ਆਉਣਗੇ ਉਹਨੂੰ ਮੈਂ ਪੂਰਾ ਕਰਦੇ ਹੋਵਾਂਗੀ। ਮੇਰਾ ਨਾਮ ਬਿੰਦਰ ਸਿੰਘ ਹੈ, ਸ਼ਜੈ ਸਿੰਘ ਮੇਰੀ ਬੇਟੀ ਹੈ, ਜਿਹੜੀ ਕਿ 10 ਜੁਲਾਈ ਤੋਂ ਲੈ ਕੇ 25 ਜੁਲਾਈ ਬ੍ਰਾਜ਼ੀਲ ਵਿਖੇ ਹੋਈਆਂ ਵਰਲਡ ਚੈਂਪੀਅਨਸ਼ਿਪ ਵਿੱਚ 6th ਵਰਲਡ ਡੈਫ ਬੈਡਮਿੰਟਨ ਚੈਂਪੀਅਨਸ਼ਿਪ ਵਿੱਚ ਗੋਲਡ ਮੈਡਲ ਤੇ 3rd ਯੂਥ ਵਰਲਡ ਡੈਫ ਬੈਡਮਿੰਟਨ ਚੈਂਪੀਅਨਸ਼ਿਪ 3 ਮੈਡਲ, ਇੱਕ ਸਿਲਵਰ ਸਿੰਗਲ ਵਿੱਚ ਬ੍ਰੌਂਜ ਤੇ ਗਰਲਸ ਡਬਲ ਵਿੱਚ ਬ੍ਰੌਂਜ ਤੇ ਮਿਕਸ ਡਬਲ ਵਿੱਚ ਸਿਲਵਰ ਮੈਡਲ ਲੈ ਕੇ ਆਈ ਹੈ। ਕਿਹੜੀ ਗੇਮ ਸੀ? ਬੈਡਮਿੰਟਨ ਵਿੱਚ ਜੀ। ਕਿੰਨੀ ਖੁਸ਼ੀ ਹੋ ਰਹੀ ਹੈ ਤੁਹਾਨੂੰ? ਬਹੁਤ ਖੁਸ਼ੀ ਹੋ ਰਹੀ ਹੈ ਜੀ, ਬਹੁਤ ਜ਼ਿਆਦਾ ਖੁਸ਼ੀ ਹੋ ਰਹੀ ਹੈ, ਇਦੋਂ ਵਰਗੇ ਖੁਸ਼ੀ ਨਹੀਂ ਹੋ ਸਕਦੀ ਜੀ। ਇਸ ਤੋਂ ਪਹਿਲਾਂ ਵੀ ਕਿਸ ਤਰ੍ਹਾਂ ਨੇ ਇਹਦੀਆਂ ਮੱਲਾਂ ਮਾਰੀਆਂ ਨੇ? ਇਹ ਤੋਂ ਪਿਛਲੇ ਵਾਰ ਇਹ ਬਹੁਤ ਮੱਲਾਂ ਮਾਰੀਆਂ, ਪਿਛਲੇ ਸਾਲ 2022 ਵਿੱਚ ਹੋਈਆਂ ਓਲੰਪਿਕ ਗੇਮਾਂ ਵਿੱਚ ਇਹਨੂੰ ਟੀਮ ਇਵੈਂਟ ਵਿੱਚ ਗੋਲਡ ਆਇਆ ਸੀ, 2019 ਵਿੱਚ ਜੂਨੀਅਰ ਗੇਮ ਵਿੱਚ ਇਹਨੂੰ ਤਾਈਵਾਨ ਵਿਖੇ ਸਿਲਵਰ ਮੈਡਲ ਮਿਲਿਆ ਸੀਗਾ, ਜੁਲਾਈ 2022 ਵਿਖੇ ਏਸ਼ੀਆ ਪੈਸਿਫਿਕ ਗੇਮਸ ਥਾਈਲੈਂਡ ਵਿਖੇ ਹੋਈਆਂ ਸੀ, ਜਿਹਦੇ ਵਿੱਚ ਇਹਨੇ ਬਹੁਤ ਮੈਡਲ ਪ੍ਰਾਪਤ ਕੀਤੇ ਸੀਗੇ। ਜੇ ਆਪਾਂ ਗੱਲ ਕਰੀਏ ਐਜੂਕੇਸ਼ਨ ਦੀ, ਐਜੂਕੇਸ਼ਨ ਵਿੱਚ ਵੀ ਪਰਮਾਤਮਾ ਦਾ ਆਸ਼ੀਰਵਾਦ ਹੈਗਾ, ਇਹਨੇ ਪਿਛਲੇ ਦਿਨੀ ਪਲੱਸ ਟੂ ਦਾ ਜਿਹੜਾ ਇਹਦਾ ਐਗਜ਼ਾਮ ਆਇਆ ਸੀਗਾ ਉਹਦੇ ਵਿੱਚ ਸਟੇਟ 'ਚ ਸੈਕਿੰਡ ਟੋਪਰ ਲਈ ਹੈਗੀ ਹੈ ਬੇਟੀ। ਸੋ ਨੌਜਵਾਨ ਪੀੜ੍ਹੀ ਨੂੰ ਨਸ਼ੇ ਤਿਆਗ ਕੇ ਸ਼੍ਰੇਆ ਤੋਂ ਪ੍ਰੇਰਣਾ ਲੈ ਕੇ ਅੱਗੇ ਵਧਣਾ ਚਾਹੀਦਾ ਹੈ ਅਤੇ ਪੰਜਾਬ ਸਰਕਾਰ ਨੂੰ ਅਜਿਹੇ ਖਿਡਾਰੀਆਂ ਦੀ ਵੱਧ ਤੋਂ ਵੱਧ ਮਦਦ ਕਰਨੀ ਚਾਹੀਦੀ ਹੈ ਤਾਂ ਜੋ ਇਹ ਖਿਡਾਰੀ ਖੇਡ ਜਗਤ ਅੰਦਰ ਹੋਰ ਵੀ ਚੰਗਾ ਪ੍ਰਦਰਸ਼ਨ ਕਰ ਸਕਣ। ਹਕੀਕੀ ਟੀਵੀ ਪੰਜਾਬੀ ਲਈ ਬਠਿੰਡਾ ਤੋਂ ਗੋਬਿੰਦ ਸੈਣੀ ਦੀ ਰਿਪੋਰਟ।